ਮੈਂ ਕਿਸੇ ਬਾਈ ਇਲੈਕਸ਼ਨ 'ਚ ਜਾਂ ਕਿਸੇ ਇਲੈਕਸ਼ਨ 'ਚ ਪਾਰਟੀਸਪੇਟ ਨਹੀਂ ਕਰ ਰਿਹਾ। ਦੇਖੋ ਬਾਦਲ ਸਾਹਿਬ ਦਾ ਉਹਨਾਂ ਦੀ ਪਿੱਠ ਸੁਣਦੀ ਹੈ, ਮੈਂ ਉਹਨਾਂ ਨੂੰ ਦਾਤ ਦਿੰਦਾ ਵੀ ਇਸ ਕਰਕੇ ਉਹਨਾਂ ਨੇ ਕਿਹਾ ਵੀ ਡੋਂਗੋਵਾਲ ਸਾਹਿਬ ਨੂੰ ਵੀ ਤੁਹਾਨੂੰ ਪਤਾ ਨਹੀਂ, ਤੁਹਾਨੂੰ ਬਾਣੀ ਦੇ ਕੋਈ ਸ਼ਬਦ ਹੀ ਨਹੀਂ ਪਤਾ, ਉਹਨਾਂ ਨੂੰ ਪਤਾ। ਉਹਨਾਂ ਨੂੰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਜਿਨ੍ਹਾਂ ਨੇ ਅਕਾਲ ਤਖਤ ਦੇ ਜਥੇਸਾਰ ਜਥੇਦਾਰ ਸਾਹਿਬ ਨੂੰ ਘਰੇ ਬੁਲਾ ਬੁਲਾ ਕੇ ਕਿਹਾ ਸੀ ਵੀ ਫਿਲਮ ਦੇ ਵਾਸਤੇ ਪਰਮਿਸ਼ਨ ਦੇ ਦਿਓ। ਛੱਜ ਤਾਂ ਬੋਲੇ, ਛੱਲ ਨਹੀਂ ਬੋਲੀ ਜਾਂਦੀ ਹੈ। ਆਹ ਜਿਹੜੇ ਹੁਣ ਕਹਿੰਦੇ ਹੈ ਵੀ ਵਾਅਦੇ ਪੂਰੇ ਕਰੋ, ਇਹਨਾਂ ਨੂੰ ਕਹੋ, ਉਹਨਾਂ ਨੂੰ ਕਹਿਣ ਖੱਟੜ ਸਾਹਿਬ ਨੂੰ ਵੀ ਇਹ ਪਰਮਿਸ਼ਨ ਦੇ ਦੇਣ ਵੀ ਸਵੇਰੇ ਬੁਲਾ ਕੇ ਉਹਨਾਂ ਨੂੰ ਇੰਟੈਰੋਗੇਟ ਕਰ ਲਈਏ। ਮੈਂ ਕਿਸੇ ਬਾਈ ਇਲੈਕਸ਼ਨ 'ਚ ਜਾਂ ਕਿਸੇ ਇਲੈਕਸ਼ਨ 'ਚ ਪਾਰਟੀਸਪੇਟ ਨਹੀਂ ਕਰ ਰਿਹਾ। ਲੈਟ ਮੀ ਸੈੱਟ ਦਾ ਰਿਕਾਰਡ ਸਟੇਟ, ਮੈਂ ਕਿਸੇ ਵੀ ਕਿਸਮ ਦੇ ਕਿਸੇ ਬਾਈ ਇਲੈਕਸ਼ਨ 'ਚ ਮੈਂ ਨਹੀਂ ਕੰਟੈਸਟ ਕਰ ਰਿਹਾ। ਹਾਂਜੀ, ਪਾਰਟੀ ਦੀ ਜ਼ਿੰਮੇਵਾਰੀ ਤਾਂ ਮੈਨੂੰ ਦੇ ਦਿੱਤੀ, ਮੈਂ ਪਾਰਟੀ ਵਾਲੀ ਸਾਂਭ ਰਿਹਾ ਜਿਹੜੀ ਜ਼ਿੰਮੇਵਾਰੀ ਮੇਰੀ। ਹਾਂਜੀ, ਨਹੀਂ ਸਰ, ਪਾਰਟੀ ਤੁਹਾਡੇ ਕੋਲ ਬੈਠੇ ਹੈ, ਇਟ ਇਜ਼ ਵਿਦ ਪਾਰਟੀ। ਪਾਰਟੀ ਨੇ ਸੁਨੀਲ ਜਾਖੜ ਜੀ ਸੇ ਪਹਿਲੇ ਹੀ ਪੁੱਛ ਲਿਆ ਥਾ ਕਿ ਵੁੱਡ ਯੂ ਬੀ ਇੰਟਰਸਟਿਡ ਟੂ ਕੰਟੈਸਟ, ਐਂਡ ਹੀ ਸੈਡ ਨੋ, ਐਂਡ ਦ ਪਾਰਟੀ ਰਿਸਪੈਕਟਸ ਹਿਸ। ਚਲੋ, ਇਸ ਗੱਲ ਵਾਸਤੇ ਪੁੱਛ ਲਿਆ ਜੀ, ਬਿਕੋਜ਼ ਆ ਤਾਂ ਸਾਹਮਣੇ ਖੜਾ, ਦਿਸ ਇਜ਼ ਰਾਈਟਿੰਗ ਔਨ। ਇੱਕ ਮਿੰਟ ਮੈਂ ਜਵਾਬ ਦੇ ਦਿਆਂ ਪ੍ਰਸ਼ਰ ਸਾਹਿਬ ਦਾ, ਪਲੀਜ਼ ਇੱਕ ਸੈਕਿੰਡ। ਬਾਜਾ ਸਾਹਿਬ ਨੇ ਕੁਝ ਪੁੱਛਿਆ, ਮੈਂ ਪ੍ਰਸ਼ਰ ਸਾਹਿਬ ਦੇ ਦੂਜੇ ਸਵਾਲ ਦਾ, ਜਿੱਥੇ ਤਾਂ ਤਿਆਰੀ ਦਾ ਸਵਾਲ ਹੈ ਸਰ। ਤਿਆਰੀ ਕੋਈ ਨਵੀਂ ਤਿਆਰੀ ਨਹੀਂ ਸਰ, ਹਾਥ ਕੰਗਨ ਕੋ ਆਰਸੀ ਕਿਆਰ, ਪੜ੍ਹੇ ਲਿਖੇ ਕੋ ਫਾਰਸੀ ਕਿਆ। ਹੁਣੇ ਇਲੈਕਸ਼ਨ ਹੋ ਕੇ ਹਟੇ ਹੈ, 4 ਮਹੀਨੇ ਪਹਿਲਾਂ ਮਈ ਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਹੈ। ਜੇ ਉਹੀ ਤਿਆਰੀ ਉਦੋਂ ਸੀ, ਆਹੀ ਤਿਆਰੀ ਹੁਣ ਹੈ ਸਰ। ਜਿਹੜੇ ਕੰਮ ਕੀਤੇ ਹੈ ਕਾਂਗਰਸ ਪਾਰਟੀ ਨੇ, ਜਿਹੜੇ ਕੈਪਟਨ ਸਾਹਿਬ ਦੀ ਰਹਿਨੁਮਾਈ ਦੇ ਅੰਦਰ, ਚਾਹੇ ਕਰਜ਼ਾ ਮਾਫੀ ਹੈ, ਚਾਹੇ ਅਸੀਂ ਪੈਨਸ਼ਨ ਵਧਾਈ ਹੈ, ਚਾਹੇ ਅਸੀਂ ਲੋਕਾਂ ਦੇ ਕੋਲ ਜਾ ਕੇ ਉਹਨਾਂ ਦੀ ਜੋ ਇਲਾਕੇ ਦੀ ਡਿਵੈਲਪਮੈਂਟ ਨੂੰ ਕੰਮ ਜਿਹੜੇ ਚਾਲੂ ਕੀਤੇ ਹੈ, ਉਹ ਸਾਡਾ ਉਹ ਤਿਆਰੀ ਹੈ। ਅਸੀਂ ਸੋਰੀ ਸਰ, ਦੇਖੋ ਸਾਹਿਬ, ਦਿਸ ਇਜ਼ ਆਨ ਗੋਇੰਗ ਇਸ਼ੂ ਹੈ ਇੱਕ ਦਿਨ 'ਚ। ਵੀ ਆਰ ਵੈਰੀ, ਕੈਪਟਨ ਸਾਹਿਬ ਇਜ਼ ਵੈਰੀ ਵੈਲ ਅਵੇਅਰ ਆਫ ਬਰਗਾੜੀ ਇਸ਼ੂ, ਇਜ਼ ਵੈਰੀ ਵੈਲ ਅਵੇਅਰ ਆਫ ਲੋਕਾਂ ਦੇ ਜਿਹੜੇ ਕੰਸਰਨ ਹੈ ਇਹਨੂੰ ਚਿੱਟੇ ਨੂੰ ਲੈ ਕੇ। ਜਿਹੜਾ ਨਸ਼ੇ ਦੀ ਗੱਲ ਹੈ ਸਾਹਿਬ, ਅੱਜ ਕੱਲ੍ਹ ਨਾਮ ਬਦਲਤਾ, ਮੈਂ ਅੰਦਰ ਪੁੱਛ ਰਿਹਾ ਸੀਗਾ, ਬਿਕੋਜ਼ ਮੈਨੂੰ ਫਾਰਸੀ ਦਾ ਪਤਾ ਨਹੀਂ, ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਜਿਹੜਾ ਸਫੇਦ ਵਰਡ ਹੈ ਉਹ ਨਾ ਹਿੰਦੀ ਦਾ ਵਰਡ, ਹਿੰਦੀ ਦਾ ਤਾਂ ਸ਼ਵੇਤ ਹੈ, ਜਿਹੜਾ ਸਫੇਦ ਵਰਡ ਹੈ ਫਾਰਸੀ ਦਾ ਸ਼ਬਦ ਹੈ। ਅਤੇ ਜਿਸ ਨਾਮ ਤੋਂ ਅੱਜ ਲੋਕ ਚਮਕਣ ਲੱਗੇ, ਜਿਹੜਾ ਸਾਰਾ ਪੰਜਾਬ ਚਿੱਟੇ 'ਚ ਰੰਗਤਾ, ਅੱਜ ਸੁਲਤਾਨਪੁਰ ਲੋਧੀ 'ਚ ਜਿਹੜੇ ਲੋਕ ਜਾ ਕੇ ਉਹਨੂੰ ਕਹਿੰਦੇ ਆ ਚਿੱਟਾਕਰਨ ਕਰਨ ਦੀ ਬਜਾਏ ਕਹਿੰਦੇ ਆ ਸਫੇਦਕਰਨ ਸੇਵਾ ਚਾਲੂ ਕੀਤੀ ਹੈ, ਉਹਨਾਂ ਲੋਕਾਂ ਦਾ ਵੀ ਸਾਨੂੰ ਪੂਰਾ ਧਿਆਨ ਹੈ ਸਰ। ਉਹ ਜਿਹੜੇ ਦੇਖੋ ਬਾਦਲ ਸਾਹਿਬ ਦਾ ਉਹਨਾਂ ਦੀ ਪਿੱਠ ਸੁਣਦੀ ਹੈ, ਮੈਂ ਉਹਨਾਂ ਨੂੰ ਦਾਤ ਦਿੰਦਾ ਵੀ ਇਸ ਕਰਕੇ ਉਹਨਾਂ ਨੇ ਕਿਹਾ ਵੀ ਡੋਂਗੋਵਾਲ ਸਾਹਿਬ ਨੂੰ ਵੀ ਤੁਹਾਨੂੰ ਪਤਾ ਨਹੀਂ, ਤੁਹਾਨੂੰ ਬਾਣੀ ਦੇ ਕੋਈ ਸ਼ਬਦ ਹੀ ਨਹੀਂ ਪਤਾ। ਉਹਨਾਂ ਨੂੰ ਪਤਾ ਸੀ ਵੀ ਸਫੇਦ ਅਤੇ ਚਿੱਟਾ ਕਿਉਂ ਹੋ ਰਿਹਾ, ਅਤੇ ਜਦੋਂ ਉਹਨਾਂ ਨੂੰ ਕੁੰਚੀ ਫੜਾਈ ਵੀ ਤੁਸੀਂ ਆਹ ਮਾਰ ਦਿਓ ਸਫੇਦਾ, ਉਹਨਾਂ ਨੇ ਕਿਹਾ ਨਹੀਂ ਕਾਕਾ ਜੀ ਤੋਂ ਕਰਵਾ ਲਓ। ਜਿਨ੍ਹਾਂ ਨੇ ਆਹ ਕੰਮ ਛੇੜਿਆ ਸਾਹਿਬ, ਉਹਨਾਂ ਦੀ ਜਵਾਬਦੇਹੀ ਬਣੂਗੀ, ਚਾਹੇ ਉਹ ਬਰਗਾੜੀ ਇਸ਼ੂ ਹੈ, ਜਿਨ੍ਹਾਂ ਨੇ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਦੋਜ਼ ਹੂਸਐਵਰ ਆਰ ਦਾ ਕਲਪ੍ਰਿਟ ਸਾਹਿਬ, ਦੇ ਵਿਲ ਬੀ ਹੈਲਡ ਅਕਾਊਂਟੇਬਲ, ਸਾਨੂੰ ਪਤਾ ਹੈ। ਪਰ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੈ, ਇਟ ਕੈਨ ਨੋਟ ਬੀ ਹੈਲਡ ਹੋਸਟੇਜ ਓਨਲੀ ਟੂ ਦਿਸ। ਸਾਰੇ ਕੰਮ ਇਕੱਠੇ ਚੱਲ ਰਹੇ, ਉਹ ਕੰਮ ਪ੍ਰਕਿਰਿਆ ਵੀ ਜਾਰੀ ਹੈ, ਉਹਦੇ 'ਚ ਅਸੀਂ ਵਚਨਬੱਧ ਹਾਂ, ਕਰਾਂਗੇ। ਅਤੇ ਡਿਵੈਲਪਮੈਂਟ ਦਾ ਕੰਮ ਵੀ ਲੋਕ ਡਿਵੈਲਪਮੈਂਟ ਦੇਖ ਰਹੇ, ਡਿਵੈਲਪਮੈਂਟ ਵਾਸਤੇ ਵੋਟਾਂ ਦਿੱਤੀਆਂ ਉਹ ਵੀ ਕਰ ਰਹੇ ਸੀ ਸਭ। ਸਾਰਾ ਪ੍ਰੋਗਰਾਮ ਹੁਣ ਤੋਂ ਸਾਡੇ ਕੋਲ ਆ, ਜਿਹੜਾ ਹੁਣ ਸਮਾਂ ਹੈ ਸੜਕਾਂ 'ਤੇ ਉਤਰਨ ਦਾ ਸਮਾਂ ਹੈ ਸਾਹਿਬ। ਕਾਂਗਰਸ ਪਾਰਟੀ ਹੈਜ਼ ਬੇਸਿਕਲੀ, ਸਾਨੂੰ ਜਿਹੜਾ ਇਲਜ਼ਾਮ ਲੱਗਦਾ ਸੀ ਵੈਸੇ ਪੰਜਾਬ ਦੇ, ਤਾਂ ਅਸੀਂ 10 ਸਾਲਾਂ ਤੋਂ ਇਨ ਟ੍ਰੇਨਿੰਗ ਜਾਂ ਅੰਡਰ ਟ੍ਰੇਨਿੰਗ ਜਾਂ ਅਪੋਜੀਸ਼ਨ ਦਾ ਰੋਲ ਸਾਡੇ ਕੋਲ ਰਿਹਾ, ਅਤੇ ਹੁਣ ਵੀ ਆ ਜਿਹੜਾ ਲੈ ਕੇ ਲੋਕਾਂ ਤਾਈਂ ਜਾਗਰੂਕ ਅਸੀਂ ਕਰਾਂਗੇ। ਇਹਦਾ ਉਲੀਕ ਕੇ DCCs ਦੇ ਪ੍ਰੋਗਰਾਮ ਨਾਲ ਕਰਕੇ ਸਾਰਿਆਂ ਨੂੰ ਵਿਲ ਬੀ ਸਟਾਰਟਿੰਗ ਵੈਰੀ ਸੂਨ।
ਸਾਹਿਬ ਅੱਜ ਦੀ ਜਿਹੜੀ ਮੈਂ ਗੱਲ ਕਰਕੇ ਆਇਆ, ਦੇਖੋ ਜਿੱਥੇ ਤਾਈਂ ਪਾਰਟੀ ਨੇ ਜਿਹੜੀ ਉਹ ਵੀ ਕਾਂਗਰਸ ਪਾਰਟੀ ਦਾ ਏਜੰਡਾ ਸੀ, ਮੈਨੀਫੈਸਟੋ ਬਣਾਇਆ ਸੀ ਸਾਰਾ, ਇਟ ਵਾਜ਼ ਆਫਟਰ ਏ ਬਰੋਡ ਡਿਸਕਸ਼ਨ ਸਾਰਿਆਂ ਨਾਲ ਰਾਏ ਲੈ ਕੇ ਬਣਾਇਆ ਸੀਗਾ। ਕੈਪਟਨ ਸਾਹਿਬ ਆਪ ਨਬਜ਼ ਪਹਿਚਾਣਦੇ ਆ, ਨਬਜ਼ ਦੇਖ ਕੇ ਕਿਸਾਨਾਂ ਦੀ ਜਿਹੜੀ ਹੈ ਉਹ ਹੀ ਕੁੜਾ, ਮਤਲਬ ਉਹ ਪੰਜ ਸਾਲ ਚਾਰ ਸਾਲ ਵੇਟ ਕਰ ਸਕਦੇ ਸੀ, ਆਖਰੀ ਸਾਲ 'ਚ ਆ ਕੇ ਕਹਿ ਦਿੰਦੇ ਜੀ ਮੈਂ ਹੁਣ ਅੱਖਾਂ ਪੂੰਝਣ ਵਾਸਤੇ ਕਰਨ ਲੱਗਿਆ, ਕਰਜ਼ਾ ਮਾਫ਼ੀ ਉਹਨਾਂ ਨੇ ਕੀਤੀ ਸੀ। ਜਿਹੜਾ ਉਹ ਏਜੰਡਾ ਹੈ ਉਹ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਹੈ ਕੈਪਟਨ ਸਾਹਿਬ ਦੀ ਰਹਿਨੁਮਾਈ 'ਚ ਕਰ ਰਹੀ ਹੈ ਅਤੇ ਉਹ ਕਰਾਂਗੇ। ਜਿੱਥੇ ਤਾਂ ਹੀ ਵਰਕਰ ਦੀ ਗੱਲ ਕੀਤੀ ਹੈ, ਸਭ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ, ਮੈਂ ਅੱਜ ਮੇਰੇ ਸਾਥੀਆਂ ਨਾਲ ਜਿਹੜੀ ਗੱਲ ਕਰਕੇ ਆਇਆ, ਮੇਰਾ ਸਿੰਗਲ ਪੁਆਇੰਟ ਏਜੰਡਾ ਹੈ ਟੂ ਰੀਕਲੇਮ ਦਿਸ ਪਾਵਰ, ਟੂ ਵਿਦਡਰਾਅ ਦਿਸ ਪਾਵਰ ਫਰੋਮ ਦਾ ਆਫਿਸਿਸ, ਅਫਸਰਾਂ ਦੇ ਹੱਥੋਂ ਲੈ ਕੇ ਲੋਕਾਂ ਦੇ ਹੱਥ ਤਾਈਂ ਜਾਵੇ, ਆਹ ਮੇਰਾ ਏਜੰਡਾ ਹੈ। ਵਰਕਰ ਨੂੰ ਉਸ ਤਾਕਤ ਦਾ, ਜਿਸ ਵਰਕਰ ਨੇ ਪਿਛਲੇ 10 ਸਾਲ ਇਹਨਾਂ ਦੇ ਰਾਜ ਦੇ ਅੰਦਰ ਝੂਠੇ ਪਰਚੇ ਕਰਵਾਏ, ਧੱਕੇ ਸਹੇ, ਸ਼ਹਾਦਤਾਂ ਹੀ ਦਿੱਤੀਆਂ, ਬਹੁਤ ਸਾਰੇ ਲੋਕ ਇਹਨਾਂ ਨੇ ਮਾਰੇ ਵੀ ਹੈ, ਉਹਨਾਂ ਲੋਕਾਂ ਦੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਵੀ ਸਰਕਾਰ ਤੁਹਾਡੀ ਹੈ ਅਤੇ ਲੋਕਾਂ ਦੀ ਸੇਵਾ ਵਾਸਤੇ ਇਸ ਤਾਕਤ ਦਾ ਇਸਤੇਮਾਲ ਹੋਵੇ, ਨਾ ਕਿ ਕੁਣਬਾ ਪ੍ਰਸਤੀ ਵਾਸਤੇ। ਸੋਰੀ, ਜੋ ਦੇਖੋ ਕਿਤੇ ਨਾ ਕਿਤੇ ਇਸ ਕਿਸਮ ਦੀਆਂ ਆ ਰਹੀਆਂ ਸਭ ਕੁਣਬਾ, ਮੈਂ ਜਦੋਂ ਕੁਣਬਾ ਪ੍ਰਸਤੀ ਕਹਿ ਰਿਹਾ, ਕਈ ਲੋਕ ਮਿਲ ਕੇ ਉਸ ਕਿਸਮ ਦੀ ਆਪਣੇ ਕੁਲੀਗ ਜਾਂ ਇੱਕ ਕਲਿੱਕ ਨੂੰ ਕਰ ਰਹੇ ਹੈ, ਬਟ ਉਹ ਸਾਰਾ ਕੈਪਟਨ ਸਾਹਿਬ ਦੀ ਨਿਗਾਹ 'ਚ ਹੈ। ਪੋਲੀਟੀਕਲ ਪੀਪਲ ਜਿਨ੍ਹਾਂ ਲੋਕਾਂ ਨੇ ਆਹ ਸਰਕਾਰ ਬਣਾਈ ਹੈ, ਜਿਨ੍ਹਾਂ ਦੇ ਮਿਹਨਤ ਸਦਕੇ, ਜਿਨ੍ਹਾਂ ਦੇ ਹਿੰਮਤ ਕਰਕੇ ਆ ਸਰਕਾਰ ਬਣੀ ਹੈ, ਦੇ ਸ਼ੁੱਡ ਬੀ, ਦੇ ਆਰ ਨੋਟ ਓਨਲੀ ਦੇ ਆਰ ਅਕਾਊਂਟੇਬਲ ਟੂ ਦਾ ਵੋਟਰਸ, ਬਟ ਦੇ ਆਲਸੋ ਹੈਵ ਟੂ ਹੈਵ ਅਥੋਰਿਟੀ ਟੂ ਰਿਡਰੈਸ ਦੋਜ਼ ਇਸ਼ੂਜ਼। ਉਹਨਾਂ ਵਾਸਤੇ ਅਸੀਂ ਪੂਰਾ ਕੋਸ਼ਿਸ਼ ਕਰਕੇ ਉਹਨਾਂ ਨੂੰ ਬਣਦਾ ਉਹਨਾਂ ਦਾ ਮਾਨ ਸਤਿਕਾਰ ਕਰਦੇ। ਦੋ ਸਵਾਲ ਹੈ, ਇੱਕ ਸਵਾਲ ਦਾ ਜਵਾਬ ਮੈਂ ਦੇਊਂਗਾ, ਇੱਕ ਦਾ ਆਸ਼ਾ ਜੀ ਦੇਣਗੇ, ਚੇਅਰਮੈਨ ਬਣਾਉਣ ਵਾਲੀ ਗੱਲ ਆਸ਼ਾ ਜੀ ਕਹਿਣਗੇ। ਜਿੱਥੇ ਤਾਈਂ ਤੁਸੀਂ ਅਫਸਰਾਂ ਦੀ ਗੱਲ ਕੀਤੀ ਉਹਦਾ ਜਵਾਬ ਮੈਂ ਦੇਊਂਗਾ ਸਾਹਿਬ। ਤੁਸੀਂ ਕਿਹਾ ਉਹਨਾਂ ਦੀ ਟਰਾਂਸਫਰਾਂ ਕਰੋਗੇ, ਟਰਾਂਸਫਰ ਇਜ਼ ਨੋ ਪਨਿਸ਼ਮੈਂਟ ਸਾਹਿਬ। ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ, ਇੱਥੋਂ ਚੱਕ ਕੇ ਤੁਸੀਂ ਉੱਥੇ ਲਾ ਦਿਓਗੇ। ਮੈਂ ਦੇਖੋ ਮੈਂ ਬੜੇ ਸੋਚ ਸਮਝ ਕੇ ਵਰਡ ਇਸਤੇਮਾਲ ਕੀਤੇ ਆ, ਉੱਥੇ ਤਾਈਂ ਕੀਤਾ ਹੈ ਜਿੱਥੇ ਤਾਈਂ ਜਿਹੜਾ ਜਿੱਥੇ ਵੀ ਹੈ। ਸੋ ਇਟ ਇਜ਼ ਨੋਟ ਹੈ ਵੀ ਅਸੀਂ ਉੱਥੋਂ ਚੱਕ ਕੇ ਇੱਥੇ ਲਾ ਦੇਵਾਂਗੇ, ਉੱਥੇ ਜਾ ਕੇ ਧੱਕੇ ਕਰਨ ਲੱਗ ਜੂਗਾ। ਸਾਡਾ ਮੇਨ ਮਕਸਦ ਹੈ ਐਡਮਿਨਿਸਟ੍ਰੇਸ਼ਨ ਜਿਹੜੀ ਹੈ, ਇਟ ਹੈਜ਼ ਟੂ ਬੀ ਰਿਸਪੋਂਸਿਵ ਟੂ ਦਾ ਨੀਡਸ ਆਫ ਦਾ ਪੀਪਲ। ਲੋਕਾਂ ਦੀ ਜਦੋਂ ਤਾਈਂ ਜੇ ਉਹ ਨਹੀਂ ਕਰ ਸਕਦੇ ਉਹਨਾਂ ਦੀ ਜਿਹੜੀ ਪ੍ਰੋਬਲਮਸ ਨੂੰ ਰਿਜ਼ੋਲਵ ਕਰਨ ਦੇ ਵਿੱਚ ਉਹਨਾਂ ਦਾ ਜੇ ਰਵੱਈਆ ਠੀਕ ਨਹੀਂ ਸਾਹਿਬ, ਦੇ ਵਿਲ ਨੋਟ ਬੀ ਟੋਲਰੇਟਿਡ, ਐਂਡ ਆਈ ਥਿੰਕ ਟਰਾਂਸਫਰ ਟੂ ਅਕੋਰਡਿੰਗ ਟੂ ਮੀ ਇਜ਼ ਨੋ ਪਨਿਸ਼ਮੈਂਟ ਸਾਹਿਬ। ਉਹਦਾ ਐਵੇਂ ਬਿਨਾਂ ਮਤਲਬ ਇੱਕ ਥਾਂ ਪੰਗਾ ਚੱਕ ਕੇ ਦੂਜੇ ਥਾਂ ਪਾਸੇ ਤੋਰਤਾ, ਦੇ ਵਿਲ ਬੀ ਹੈਡ ਅਕਾਊਂਟੇਬਲ। ਚੇਅਰਮੈਨ ਵਾਲੀ ਜਿਹੜੀ ਗੱਲ ਹੈ ਉਹ ਆਸ਼ਾ ਜੀ ਤੁਹਾਨੂੰ ਉਹਦੇ 'ਤੇ ਚਾਨਣਾ ਪਾਉਂਗੇ। ਇੱਕ ਮਿੰਟ ਜਵਾਬ, ਜਦ ਵਿਧਾਨ ਸਭਾ ਕੇ ਚੁਣਾਵ ਹੋ ਰਹੇ ਥੇ, ਜਬ ਵਿਧਾਨ ਸਭਾ ਕੇ ਚੁਣਾਵ ਹੋ ਰਹੇ ਥੇ, ਉਸੀ ਵਕਤ ਹਮ ਲੋਗੋਂ ਨੇ ਇੱਕ ਕਮੇਟੀ ਬਣੀ ਥੀ, ਜਿਸਮੇ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਉਹ ਪੀ ਸੀ ਸੀ ਪ੍ਰੈਜ਼ੀਡੈਂਟ ਥੇ,
अपने चन्नी साहब सीएलपी लीडर थे, कैंपेन कमेटी की चेयरमैन अंबिका जी थी, सब ने बैठ करके जो वर्कर्स थे वेरियस कैटेगरीज के वो लिस्ट आउट किए। आप कुछ चेयरमैन की बात कर रहे हैं कि कुछ अफसर लगे, कुछ लगते ही अफसर हैं, वो एक्स ऑफिशियो पोस्ट होती है विच बाय एन एक्ट। जस्ट अ मिनट विल यू लेट मी फिनिश। आप क्वेश्चन कर रहे थे, हमने आपको नहीं रोका। जो तो एक्स ऑफिशियो है वो हैं। जहाँ तक पॉलिटिकल का सवाल है, सर्टनली सुनील जाखड़ जी, मी, कैप्टन साहब एंड इवन तब तक मिस्टर हरीश चौधरी, वो हमारे साथ सेक्रेटरी थे, हम लोग सब ने बैठ के बातचीत करके नाम जो है शॉर्टलिस्ट किए, राहुल गांधी जी तक भी भेजे और राहुल गांधी जी से भी अप्रूव होके आए। अब सोनिया गांधी जी हैं, देर इज नो सच थिंग एज कि पॉलिटिकल इनपुट नहीं ली जाती, देर इज नो सच थिंग, इट्स ऑल पॉलिटिकल। सॉरी, देखिए, नाउ यू आर गोइंग इनटू थिंग्स व्हिच आर नथिंग टू डू विद द प्रेस कॉन्फ्रेंस। लेट्स कम बैक। आप पूछ रहे थे कब से कार्यक्रम चालू कर रहे हैं, इट्स फ्रॉम द सेकंड। देखिए, मेरी बात सुनिए, इस मीटिंग में किसी ने ऐसी कोई बात नहीं कही जो आप कह रहे हैं। इस मीटिंग व्हाट्सएप यूनिवर्सिटी से दूर रही है। इन्होंने मीटिंग के अंदर बात कही, किसी ने ऐसी बात नहीं कही जो ये कह रहे हैं। मीटिंग के अंदर जो चर्चा हुई, कोई विधायक बोला ही नहीं, तो कौन से विधायक ने ये बोलना है? किसने, कौन कौन? बट ही डिड नॉट स्पीक इन द मीटिंग, ही वाज नॉट वन ऑफ द स्पीकर्स इन द मीटिंग। एक मिनट सर, हर फैसला जो है वो जाखड़ साहब को इन कंसल्टेशन लेके ही किया जाता है। सब देखिए, बिल्कुल जो आप कह रहे हैं, इट्स अ वेरी बेसिक फंडामेंटल इश्यू साहब। इसमें टू पुट द मैटर स्ट्रेट, सबसे पहले मैं कहना चाहूंगा, आई डू नॉट अप्रूव इन द मैनर जिस तरीके से बैंस साहब ने वहां पे बिहेव किया। बट एट द सेम टाइम मैं समझता हूं कि सबसे प्राइमरी जिम्मेवारी ऑफिसर्स की लोगों की समस्याएं हल करने की एंड इन ए प्रॉपर डिसेंट वे। उस अगर आप वीडियो क्लिप को आप देखें, आई थिंक उसमें कहीं भी, आई एम नॉट ट्राइंग टू स्पीक ऑन बिहाफ ऑफ एनी एडमिनिस्ट्रेटिव ब्यूरोक्रेट, बट ही इज टोटली एंड आई थिंक कंप्लीटली विद इन हिज लिमिट्स एंड बड़े प्रॉपर डेकोरम के साथ बात कर रही है। बट अकेला डेकोरम ऑल्सो डजंट सर्व, इश्यूज हैव टू बी एड्रेस्ड। और इस मसले को लेके जो ऑफिसर साहबान है, दैट्स व्हाट आई सेड, उनको रिस्पॉन्सिव होना पड़ेगा, दे हैव टू बी हेल्ड अकाउंटेबल। बट एट द सेम टाइम देखो, अपोजिशन में हम भी रहे हैं साहब, 10 साल तक हमने भी किए हैं, सारी जगह जाके किए हैं, पर एक काम करने का तरीका है, आप अपनी बात कहिए, मजबूती से कहिए,
परंतु मर्यादाओं के घेरे में रह के कहें तो बेहतर है। इससे मैं समझता हूं कि सारी राजनीतिक जमात के ऊपर उंगली खड़ी हो जाती है। आज उस मुद्दे की बात कोई नहीं कर रहा, बात ये कर रहा है कि उनके आपस में तू तड़ाक हुई, वो बात करने का तरीका है ना। आई थिंक उनके पास प्रिविलेजेस कमेटी में आके अपनी बात भी रख सकते थे अगर डीसी ने, बट एज फार एज आई सीन आई थिंक ही इज बिहेविंग इन अ वेरी डिसेंट मैनर डीसी देयर इनको टास्क। जी सर, देखो जिथे ती आंकड़ों का सवाल है, मैं थोड़ा पहले दसिया भी 164 दे 140 हुई है परसेंटेज, चाहे सरसा साहब कहन कोई मजीठिया साहब कोई कहन, मैं उन्होंने कहना भी आता बाला खिलारा हो जूगा, परसेंटेज 13 में 48 परसेंटेज कढ़ लैन हाथ को, मैं कहना हाथ कंगन को आर सी क्यार पड़े, नतीजा जोड़ा है वो उन्होंने सामने है भी जिनी परसेंटेज सामने आई है बिकॉज जोड़े वायदे पूरे किए वो करके 13 में 64 सीटा आई हैं। मैं मनदा भी साडा जोड़ा मिशन सगा मिशन 13 पूरा नहीं हो सकया, बट स्टिल जिथे ती आंकड़ों का सवाल है अंकड़े कढ़ लैन, परसेंटेज नहीं समझ आती सरसा साहब न या मजीठिया साहब गिणती में बहुत माहिर है, एक एक दवानी इन्होंने जिस तरह निचोड़ी सारी गल पता है, पर जे परसेंटेज कढ़ लैन जिथे ती सवाल है भी वादे बाकी पूरे करने वाले है उन्होंने सरसा साहब न कहो, उन्होंने तो आँच आनी नहीं, जेडे असल वादा पूरा करने वाला पे वो घरे आँच आऊगी उन्होंने पूछ लैन, क्योंकि वो बेदबी वाले भी आने हैं, वो चिट्टे वाले भी आने हैं, वो सारे ही आने, उन्होंने को थोड़ा धैर्य रखन पेशेंस रखन, उन्होंने भी तुम्हारा नंबर भी लगेगा। सॉरी हाँ जी, देखो एक एडा वड्डा मुद्दा है जिदे उत्ते इन्होंने मनु अपने आप नू पंथ दे रखवाले कहंदे सी पंथ रतन बजदे है ते अज गल्लां कर रहे हैं कहंदे जी अकाल तख्त साहब दी इन्हां ने बेकदरी कर दी, उन्हां नू लोकां नू शर्म नहीं आती जिन्होंने अकाल तख्त दे जथेसार जथेदार साहब नू घरे बुला बुला के कहा सी भी फिल्म दे वास्ते परमिशन दे दिओ, छज तां बोले छालनी बोली जाती है, किहड़े गल्लों गल कर रहे अकाली दल वाले, किस तरह कह सकते हैं भी किने किने तोहीन कीती। गुरु नानक देव जी का जिहड़ा 550 साल गुरपुरब है बड़े धूमधाम नाल मनाया जाऊगा, सानू कदर करनी आती है, हरेक मैं समझदा भी कले सिख कौम की गल नहीं, हरेक पंजाबी हरेक व्यक्ति जिहड़ा है उस पावन स्थान की अकाल तख्त साहब की कनी निम के गल करता है। जिहड़े लोग है कैप्टन साहब ने बिल्कुल सही बयान दिता है, दीज काइंड ऑफ फिब्स एंड लाइज आई थिंक डू नॉट बिहेव, जिन्हों के उत्ते एडा वड्डा उन्होंने पंथ रतन का तगमा दिता हो, मैं बादल साहब नूं रिक्वेस्ट करूँगा भी इस गल्लां तो बाकियों नूं समझाण परहेज करन, मिलजुल के मनाइए, वो अपने दायरे से कैप्टन साहब ने बिल्कुल क्लीयर किया है भी वह गुरद्वारा साहब के अंदर वह करन, बाहर जिहड़ा सरकार का कम है सरकार करे, जिहड़ा कम इन्हां नूं करना चाहिए अकाली दल वाले जिहड़े हैगे MP उन्हां नूं आह करना चाहिए भी जाके अज कहिंदे भी वह कोरीडोर सारा सरकार बना रही है, उस 3200 करोड़ रुपये का प्रोजेक्ट बना के सिकंदर को भेजा सीगा, तो वह 500 करोड़ रुपये की गल करी जाते, नंदेड़ साहब जो किया है डॉक्टर मनमोहन सिंह ने उदो 1100 करोड़ रुपये कल नंदेड़ साहब के अंदर लगे सी साहब जी सर आ गए सर, तुम उन्होंने सुन के तुम अपनी गल करो, तुम डोंट स्पीक ऑन बिहाफ ऑफ समबडी प्लीज। हाँ जी,
ਕਦੇ ਤੱਕ ਤਾਂ ਸਾਹਿਬ ਇਹ ਜਿਹੜੇ ਹੈ ਇਟਸ ਏ ਵੈਰੀ ਕੰਪਲੀਕੇਟਿਡ ਪ੍ਰੋਸੈਸ, ਉਹਦੇ ਵਿੱਚ ਕਹਿੰਦਾ ਉਹਦੇ ਵਿੱਚ ਇਹਨਾਂ ਨੇ ਹੋਰ ਗੁੰਝਲ ਪਾ ਦਿੱਤੀ ਹੈ ਜਿਹੜਾ ਜੋ ਕੁਛ ਕੀਤਾ। ਤੁਸੀਂ ਦੇਖੋ ਤੁਸੀਂ ਬੜੇ ਗਹਿਰੇ ਡੂੰਘੇ ਜਰਨਲਿਸਟ ਹੋ, ਤੁਸੀਂ ਇਤਿਹਾਸ ਕੱਢ ਕੇ ਦੇਖੋ ਕਿੰਨੇ CBI ਨੇ ਇੰਨੇ ਛੇਤੀ ਥੋੜ੍ਹੇ ਸਮੇਂ ਦੇ ਅੰਦਰ ਕਿੰਨੀ ਕੁ ਕਲੋਜ਼ਰ ਰਿਪੋਰਟ ਪਾਈ ਹੈ, ਆਹ ਤਾਂ ਦੱਸ ਦਿਓ। ਆਹ ਨਹੀਂ ਬੋਲਦੇ, ਕੋਈ ਨਹੀਂ ਬੋਲਦਾ ਇਸ ਗੱਲ 'ਤੇ। ਇਹ ਆਹ ਜਿਹੜੇ ਹੁਣ ਕਹਿੰਦੇ ਹੈ ਵੀ ਵਾਅਦੇ ਪੂਰੇ ਕਰੋ, ਇਹਨਾਂ ਨੂੰ ਕਹੋ, ਉਹਨਾਂ ਨੂੰ ਕਹਿਣ ਖੱਟੜ ਸਾਹਿਬ ਨੂੰ ਵੀ ਇਹ ਪਰਮਿਸ਼ਨ ਦੇ ਦੇਣ ਵੀ ਸਵੇਰੇ ਬੁਲਾ ਕੇ ਉਹਨਾਂ ਨੂੰ ਇੰਟੈਰੋਗੇਟ ਕਰ ਲਈਏ। ਸਭ ਕੋਈ MLA ਨਾਰਾਜ਼ ਨਹੀਂ, ਨਾਰਾਜ਼ਗੀ ਕਰਕੇ ਕਿਸੇ ਨੂੰ ਐਡਵਾਈਜ਼ਰ ਨਹੀਂ ਬਣਾਇਆ ਗਿਆ। ਮੈਂ ਅੰਦਰ ਵੀ ਆਹ ਗੱਲ ਕਹਿ ਕੇ ਆਇਆ, ਹੁਣ ਮੈਂ ਤੁਹਾਡੇ ਸਾਹਮਣੇ ਵੀ ਕਹਿ ਰਿਹਾ। ਦੇਖੋ ਰਾਜਨੀਤਿਕ ਸੈਟਅਪ ਦੇ ਅੰਦਰ ਸਲਾਹ ਉਹ ਹੀ ਦੇ ਸਕਦਾ ਜਿਹਨੇ ਰਾਜਨੀਤਿਕ ਇਮਤਿਹਾਨ ਪਾਸ ਕੀਤਾ ਹੋਵੇ। ਜਿਹੜਾ ਦੂਜੇ ਇਮਤਿਹਾਨ ਦੇ ਕੇ ਬਣ ਕੇ ਆ ਕੇ ਲੱਗਿਆ ਨਾ, ਉਹਨਾਂ ਨੂੰ ਸਲਾਹ ਦੇਣ ਦਾ ਕੋਈ ਅਧਿਕਾਰ ਨਹੀਂ ਸਾਬਤ। ਮੈਂ ਹਟਾ ਨਹੀਂ, ਉਹਨਾਂ ਦੀ ਸਲਾਹ ਉੱਥੇ ਤਾਂ ਹੀ ਰਹੇ। ਰਾਜਨੀਤਿਕ ਸਲਾਹ ਜਿਹੜੀ ਹੈ ਪ੍ਰੈਫਰੈਂਸ ਸ਼ੁੱਡ ਬੀ ਗਿਵਨ, ਇਸ ਕਰਕੇ ਕੈਪਟਨ ਸਾਹਿਬ ਨੇ ਜਿਹੜੇ ਲਾਏ ਹੈ ਉਹਨਾਂ ਦਾ ਉਹ ਰਾਏ ਦੇਣਾ ਬਣਦੇ ਹੈ, ਕਿਉਂਕਿ ਉਸ ਅੱਗ 'ਚੋਂ ਨਿਕਲੇ ਸਾਹਿਬ। ਉਹਨਾਂ ਨੂੰ ਪਤਾ ਕਿਵੇਂ ਜਾ ਕੇ ਲੋਕਾਂ ਕੋਲ ਵਿਚਰੀਦਾ, ਲੋਕਾਂ ਦੀ ਸਮੱਸਿਆ ਕਾਗਜ਼ਾਂ 'ਚ ਇੱਥੇ ਸੈਕਰਟੇਰੀਏਟ 'ਚ ਬੈਠ ਕੇ ਪੂਰੀ ਨਹੀਂ ਹੁੰਦੀ। ਅਤੇ ਕੈਪਟਨ ਸਾਹਿਬ ਨੇ ਬਿਲਕੁਲ ਸਹੀ ਕੀਤਾ, ਜਿੱਥੇ ਲੋੜ ਪਊਗੀ ਸਾਹਿਬ ਉਨੇ ਬੰਦੇ ਲਾਏ ਜਾਣਗੇ। ਅਤੇ ਜਿੱਥੇ ਤਾਈਂ ਇਹ ਲੋਕ ਛਿੰਟਾਕਸ਼ੀ ਕਰ ਰਹੇ ਹੈ ਵੀ ਇਹਨਾਂ ਨੇ ਜੀ ਲਾਓ ਤਾਂ 17 ਮਿਨਿਸਟਰ ਅਤੇ ਇੱਕ ਚੀਫ ਮਿਨਿਸਟਰ ਸੀਗਾ ਅਤੇ ਇਹਨਾਂ ਨੇ 5 ਹੋਰ ਲਾ ਤੇ, ਮੈਂ ਇੱਕ ਸਵਾਲ ਇਹਨਾਂ ਨੂੰ ਪੁੱਛਣਾ ਚਾਹੁੰਦਾ। ਬਾਦਲ ਸਾਹਿਬ ਨੂੰ 2007 'ਚ ਆਉਂਦੇ ਇਹਨਾਂ ਨੂੰ ਜਦੋਂ CPS ਲਾਏ ਸੀਗੇ ਵਿਧਾਨ ਸਭਾ 'ਚ, ਮੈਂ ਪੁੱਛਿਆ ਸੀਗਾ, ਉਹ ਰਿਕਾਰਡ 'ਤੇ ਹੈ, ਤੁਸੀਂ ਕਢਾ ਕੇ ਦੇਖ ਲਿਓ, ਕਹੋ ਤਾਂ ਮੈਂ ਡੇਟ ਦੇਖ ਕੇ ਕੱਢ ਦੂੰਗਾ। ਬਾਦਲ ਸਾਹਿਬ ਨੇ ਕਿਹਾ ਸੀ ਜਾਖੜ ਸਾਹਿਬ ਉਦੋਂ ਅਸੀਂ ਅਪੋਜੀਸ਼ਨ 'ਚ ਸੀਗੇ, ਹੁਣ ਅਸੀਂ ਸਰਕਾਰ 'ਚ ਹਾਂ। ਅਤੇ ਉਹਨਾਂ ਵਾਲਾ ਫੈਸਲਾ 26 ਸੀਗੇ CPS ਇਹਨਾਂ ਦੇ, ਜਿਹੜੇ ਇੱਥੋਂ ਹਾਈਕੋਰਟ ਨੇ 2016 'ਚ ਖਾਰਜ ਕੀਤੇ ਸੀ। ਉਹਨਾਂ ਦੀ ਤਨਖਾਹ ਵਾਪਸ ਮੁੜਾਈ ਸੀ ਵੀ ਵਾਪਸ ਮੋੜੋ। ਜਿਹੜੇ ਆਮ ਆਦਮੀ ਪਾਰਟੀ ਵਾਲੇ ਬੋਲ ਰਹੇ ਹੈ ਉਹਨਾਂ ਦੇ 21 MLA ਅਜੇ ਵੀ ਮੇਰੇ ਖਿਆਲ ਉਹਨਾਂ 'ਤੇ ਡਿਸਕੁਆਲੀਫਿਕੇਸ਼ਨ ਦੀ, ਕਿਉਂਕਿ ਉਹਨਾਂ ਨੇ ਬਣਾ ਤੇ ਸੀ। ਕੇਜਰੀਵਾਲ ਸਾਹਿਬ ਨੇ ਤਾਂ ਕਾਨੂੰਨ ਵੀ ਚੇਂਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਮੈਂ ਉਹਨਾਂ ਨੂੰ ਲੀਗਲ ਬਣਾ ਦਿਆਂ, ਉਹ ਨਹੀਂ ਹੋ ਸਕੇ। ਉਹ ਕਿਹੜੇ ਮੂੰਹ ਨਾਲ ਕਰ ਰਹੇ ਸਭ ਐਡਵਾਈਜ਼ਰ ਵਾਸਤੇ ਕਹਿ ਰਹੇ? ਐਡਵਾਈਜ਼ਰਸ ਆਰ ਰਿਕੁਆਇਰਡ ਸਹੀ ਐਡਵਾਈਸ ਦੇਣ। ਆਹ ਕੋਈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ ਨਹੀਂ ਵੀ ਅਫਸਰ ਹੀ ਰਾਏ ਦਿੰਦੇ ਰਹਿਣ। ਇਟ ਇਜ਼ ਆਈ ਥਿੰਕ ਪ੍ਰੈਰੋਗੇਟਿਵ ਦਾ ਚੀਫ ਮਿਨਿਸਟਰ ਵੀ ਜਿਹੜੇ ਰਾਜਨੀਤਿਕ ਬੰਦੇ ਆ ਉਹ ਆਪਣੀ ਸਲਾਹ ਦੇਣ, ਔਰ ਦੇ ਫੀਲ ਦਾ ਪਲਸ ਆਫ ਦਾ ਪੀਪਲ, ਲੋਕਾਂ ਦੀ ਨਬਜ਼ ਹੈ ਜੀ। ਦੇਖੋ ਪ੍ਰਤਾਪ ਸਿੰਘ ਬਾਜਵਾ ਜੀ ਸੀਨੀਅਰ ਕਾਂਗਰਸ ਦੇ ਲੀਡਰ ਹੈ, ਉਹਨਾਂ ਦੀ ਹਰ ਸਲਾਹ ਕੈਪਟਨ ਸਾਹਿਬ ਬੜੀ ਗੰਭੀਰਤਾ ਨਾਲ ਲੈਂਦੇ ਹੈ। ਅਤੇ ਉਹ ਬਤੌਰ MP ਹੈ, ਫਾਰਮਰ PCC ਪ੍ਰੈਜ਼ੀਡੈਂਟ ਹੈ, ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਕੋਈ ਨੌਬਤ ਵੀ ਉਹਨਾਂ ਨੂੰ ਸਲਾਹਕਾਰ ਲਾਉਣ ਦੀ ਕੋਈ ਜ਼ਰੂਰਤ ਹੈ। ਇਸੇ ਕਰਕੇ ਅਸੀਂ ਹਾਂ ਤੁਹਾਨੂੰ ਬਿਠਾ ਰੱਖਿਆ। ਬਿਲਕੁਲ, ਅਸੀਂ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਦੇ ਹਾਂ ਸਰ। ਇੱਕ ਪਾਸੇ 26, ਇੱਕ ਪਾਸੇ 6, ਜਿੰਨੀ ਜ਼ਰੂਰਤ ਹੈ ਓਨਾ ਹੀ ਕੰਮ ਕੀਤਾ ਜਾਊਗਾ।
ਅਤੇ ਸਭ ਤੋਂ ਵੱਡੀ ਗੱਲ ਹੈ ਵੀ ਉਹਨਾਂ ਵਾਂਗੂ ਸਾਡੇ ਵਾਲੇ ਜਿਹੜੇ ਸਲਾਹਕਾਰ ਹੈ ਉਹ ਕੋਈ ਫਾਈਨੈਂਸ਼ੀਅਲ ਬਰਡਨ ਸਰਕਾਰ 'ਤੇ ਹੈ ਨਹੀਂ, ਕੋਈ ਕਿਸੇ ਕਿਸਮ ਦੀ ਇੰਪਲੀਕੇਸ਼ਨ ਹੈ ਨਹੀਂ, ਅਤੇ ਅਸੀਂ ਜਿਹੜਾ ਗਲਤ ਕੰਮ ਉਹਨੂੰ ਗਲਤ ਕਹਾਂਗੇ, ਜਿਹੜਾ ਸਹੀ ਕੰਮ ਹੈ ਉਹਦੀ ਮੈਂ ਸਮਝਦਾ ਲੋਕ ਵੀ ਸਾਰਾ ਕੁਛ ਸਮਝਦੇ ਜੀ। ਦੇਖੋ ਹਰੇਕ ਆਦਮੀ ਦੀ ਆਪਣੀ ਆਪਣੀ ਸੋਚ ਹੈ, ਇੱਥੇ ਹੈ ਇਸ ਤਰ੍ਹਾਂ ਨਹੀਂ BJP ਵਾਲੀ ਸਰਕਾਰ ਮੋਦੀ ਸਾਹਿਬ ਦੀ ਨਹੀਂ ਵੀ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਾ ਹੋਵੇ, ਉਹਨਾਂ ਨੇ ਆਪਣੇ ਵਿਚਾਰ ਰੱਖੇ ਹੈ ਐਂਡ ਹੀ ਇਜ਼ ਗ੍ਰੇਸਫੁਲੀ ਰਿਜੈਕਟਿਡ। ਜਿਨ੍ਹਾਂ ਲੋਕਾਂ ਨੇ ਸਮਝਿਆ ਵੀ ਇਸ ਪੁਜੀਸ਼ਨ ਦੇ ਰਾਹੀਂ ਅਸੀਂ ਲੋਕਾਂ ਦੀ ਸੇਵਾ ਕਰ ਸਕਦੇ ਹਾਂ, ਦੇ ਹੈਵ ਆਪਟਿਡ ਫੋਰ ਇਟ, ਇਸ 'ਚ ਕੋਈ ਮੇਰੇ ਖਿਆਲ 'ਚ ਬੁਰਾਈ ਨਹੀਂ। ਯੂ ਸ਼ੁੱਡ ਉਹਨਾਂ ਨੂੰ ਕੰਪਲੀਮੈਂਟ ਕਰਨਾ ਚਾਹੀਦਾ, ਸਰਕਾਰ ਪ੍ਰਗਟ ਸਿੰਘ ਜੀ ਨੂੰ, ਉਹ ਸਮਝਦੇ ਮੈਂ ਸਕਸ਼ਮ ਹਾਂ, ਬਿਨਾਂ ਇਸ ਅਹੁਦੇ ਦੇ ਉਹ ਕਰ ਰਹੇ ਆਪਣਾ ਕੰਮ ਜੀ। ਨੀਬਰ ਸਾਹਿਬ ਤੁਸੀਂ ਕੁਛ ਕਹਿ ਰਹੇ ਸੀਗੇ, ਹਾਂਜੀ ਕਿੱਥੋਂ ਫੰਡਿੰਗ ਹੋਈ ਸੀ? ਅਰਮੀਨੀਆ। ਦੇਖੋ ਦਿਸ ਇਜ਼ ਅ ਹਾਰਸ਼ ਰਿਐਲਿਟੀ ਸਾਹਿਬ, ਆਪਾਂ ਅੱਖਾਂ ਮੀਚ ਕੇ ਬਹਿ ਜਾਈਏ ਵੀ ਸਭ ਕੁਛ ਅੱਛਾ ਹੋ ਗਿਆ। ਮੈਂ ਇੱਕ ਤਾਂ ਦੇਖੋ ਸਾਰਿਆਂ ਨੇ ਵੈਲਕਮ ਕੀਤਾ, ਮੈਂ ਵੀ ਵੈਲਕਮ ਕਰਦਾ ਵੀ ਆਹ ਜਿਹੜੀ ਬਲੈਕ ਲਿਸਟ ਹੈ ਖਤਮ ਹੋਈ ਹੈ, ਬਟ ਐਟ ਦਾ ਸੇਮ ਟਾਈਮ ਇਹਦਾ ਕੀ ਮਤਲਬ ਹੈ ਵੀ ਉੱਥੇ ਖਾਲਿਸਤਾਨ ਦੀ ਮੂਵਮੈਂਟ ਸਾਰੀ ਖਤਮ ਹੋ ਗਈ? ਇੱਕ ਪਾਸੇ ਸਾਨੂੰ ਡਰਾਇਆ ਜਾ ਰਿਹਾ ਵੀ 2020 ਸਾਹਮਣੇ ਆਇਆ ਖੜਾ ਹੈ, ਇੱਕ ਪਾਸੇ BJP ਵਾਲੇ ਕਹਿ ਦਿੰਦੇ ਹੈ ਵੀ ਇਹ ਗਲਤ ਕੀਤਾ ਜੀ ਤੁਸੀਂ ਇਹ ਲਾਂਘਾ ਖੋਲ੍ਹ ਰਹੇ ਹੋ, BJP ਵਾਲਿਆਂ ਨੇ ਸਭ ਤੋਂ ਵੱਡਾ ਇਲਜ਼ਾਮ ਲਾਇਆ ਸੀ ਲਾਂਘਾ ਖੋਲ੍ਹ ਰਹੇ ਹੋ ਉੱਥੋਂ ਟੈਰਿਸਟ ਆ ਜਾਣਗੇ, ਦੈਨ ਹਾਊ ਡੂ ਯੂ ਰੀਕਨਸਾਈਲ ਦੀਜ਼ ਟੂ ਫੈਕਟਸ? ਇਹ ਗੱਲ BJP ਵਾਲਿਆਂ ਨੂੰ ਜਵਾਬ ਦੇਣੀ ਪਊਗੀ ਵੀ ਐਪਰੀਸ਼ੀਏਟ ਵੀ ਕਿਸੇ ਬੰਦੇ ਨੂੰ ਇਸ ਗੱਲ ਦਾ ਜਮ੍ਹਾਂ ਉਹਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਵੀ ਕਿਸੇ ਟਾਈਮ ਬਣੀ ਸੀ ਕੀ ਹਾਲਾਤਾਂ 'ਚ ਬਣੀ ਸੀ, ਬਟ ਸਾਨੂੰ ਆਪਣੇ ਸਿਕਿਉਰਿਟੀ ਫੋਰਸਿਸ 'ਤੇ ਕੌਨਫੀਡੈਂਸ ਹੈਗਾ, ਪੰਜਾਬ ਨੂੰ ਕੌਨਫੀਡੈਂਸ ਹੈ, ਅਤੇ ਚਾਹੇ ਸਾਡੇ ਵਿਰੋਧ ਦੀ ਸਰਕਾਰ ਬੈਠੀ ਹੈ ਸਾਨੂੰ ਆਪਣੀ ਸੈਂਟਰਲ ਏਜੰਸੀਜ਼ 'ਤੇ ਵੀ ਪੂਰਾ ਭਰੋਸਾ ਹੈ ਵੀ ਕਿਸੇ ਵੀ ਕਿਸਮ ਦੀ ਇਸ ਕਿਸਮ ਦੀ ਇੰਟਰਫੀਰੈਂਸ ਕੋਈ ਅਰਮੀਨੀਆ ਤੋਂ ਕਰੇ, ਕੋਈ ਕੈਨੇਡਾ ਤੋਂ ਕਰੇ, ਕੋਈ ਇੰਗਲੈਂਡ ਤੋਂ ਕਰੇ। ਇਹ ਜਿਹੜੇ ਟਾਵੇਂ ਟਾਵੇਂ ਲੋਕ ਕਈ ਜਿਹੜੇ ਤੁਰੇ ਫਿਰਦੇ ਆ ਜਿਨ੍ਹਾਂ ਨੇ ਇੱਕ ਰੋਜ਼ੀ ਰੋਟੀ ਦਾ ਮਾਧਿਅਮ ਬਣਾ ਰੱਖਿਆ ਅਤੇ ਉਹ ਫੀਲੇ ਬਣੇ ਫਿਰਦੇ ISI ਦੇ ਹੱਥ 'ਚ, ਉਹਨਾਂ 'ਤੇ ਸਾਨੂੰ ਨਿਗਾਹ ਰੱਖਣੀ ਪਊਗੀ, ਚਾਹੇ ਉਹਨਾਂ ਦੇ ਨਾਂ ਉਹਦੇ ਵਿੱਚ ਬਲੈਕ ਲਿਸਟ 'ਚ ਹੈ, ਚਾਹੇ ਚਿੱਟੀ ਲਿਸਟ 'ਚ ਪਾ ਲਿਆ, ਚਾਹੇ ਕਾਲੀ ਲਿਸਟ 'ਚ ਪਾ ਲਿਆ, ਇਹ ਜਾਂ ਤਾਂ ਸਾਨੂੰ ਨਿਗਾਹ ਰੱਖਣੀ ਪਊਗੀ ਆਪਣੀ ਸਿਕਿਉਰਿਟੀ ਦੇ ਵਿੱਚ। ਵੀ ਵਿਲ ਨੋਟ ਐਕਸੈਪਟ ਐਂਡ ਟੋਲਰੇਟ ਐਨੀ ਕੰਪਰੋਮਾਈਜ਼ ਸਰ ਜੀ। ਜੀ ਭਾਰਦਵਾਜ ਸਾਹਿਬ ਨਹੀਂ ਨਹੀਂ ਸਾਹਿਬ ਇੱਕ ਮਿੰਟ, ਨਾ ਨਾ ਸਰਕਾਰ ਦੇ ਇੱਕ ਮਿੰਟ ਮੈਂ ਜਵਾਬ ਦੇਣਾ, ਸਰ ਦੇਰ ਆਰ ਨੋ ਟੂ ਪੈਰਲਲ ਫੰਕਸ਼ਨ ਸਾਹਿਬ।
ਕੈਪਟਨ ਸਾਹਿਬ ਇਜ਼ ਕੋਆਪਰੇਟਿੰਗ ਇਨ ਟੂ ਦਾ ਫੁੱਲੈਸਟ ਐਕਸਟੈਂਟ ਪੋਸੀਬਲ। ਅੱਜ ਤੁਸੀਂ ਦੇਖਿਆ ਹੋਣਾ, ਪਤਾ ਨਹੀਂ ਮੀਟਿੰਗ ਹੋਈ ਹੈ ਕਿ ਨਹੀਂ, ਰੰਧਾਵਾ ਸਾਹਿਬ ਨੂੰ ਭੇਜਿਆ। ਬਟ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਫਰਕ ਕੀ ਹੈ ਬਾਦਵਾ ਸਾਹਿਬ? ਫਰਕ ਆ, ਉਸ ਟਾਈਮ ਐਸ ਜੀ ਪੀ ਸੀ ਪਿੱਠੂ ਹੈ ਨਹੀਂ ਸੀ, ਉਹ ਪਿੱਠੂ ਹੈ ਨਹੀਂ ਸੀ ਸਾਹਿਬ, ਦੇ ਵਰ ਪੀਪਲ। ਦੇਖੋ ਸਾਹਿਬ, ਐਸ ਜੀ ਪੀ ਸੀ ਦੇ ਵਿੱਚ ਜਿਸ ਸਾਹਿਬ ਐਸ ਜੀ ਪੀ ਸੀ ਇੰਸਟੀਟਿਊਸ਼ਨ ਨੂੰ ਇਹਨਾਂ ਨੇ ਇੰਨਾ ਇਸ ਕਦਰ ਤਾਂ ਲਿਆ, ਜਿਹੜੇ ਲੋਕ ਬੈਠੇ ਹੈ ਉੱਥੇ, ਉਹ ਲੋਕ ਜੇਬਾਂ ਚੋਂ ਨਹੀਂ ਨਿਕਲਦੇ ਸੀਗੇ, ਉਹ ਕਿਰਦਾਰ ਦੇ ਲੋਕ ਸੀ ਜਿਨ੍ਹਾਂ ਨੇ ਆਪਣੀ ਛੋਟੀ ਸੋਚ ਕਰਕੇ, ਇੱਕ ਮਿੰਟ ਨਾਗਰਾ ਸਾਹਿਬ, ਉਹਨਾਂ ਦੀ ਛੋਟੀ ਸੋਚ ਕਰਕੇ, ਮੈਂ ਇਸੇ ਕਰਕੇ ਤੁਹਾਡੇ ਤੋਂ ਪਹਿਲਾਂ ਬੇਨਤੀ ਕੀਤੀ ਹੈ, ਬਾਦਲ ਸਾਹਿਬ ਨੂੰ ਬੇਨਤੀ ਕਰੂੰਗਾ, ਰਾਜਨੀਤੀ ਕਰਨ ਦਾ ਅਖਾੜਾ ਹੋਰ ਬਹੁਤ ਹੈ। ਦੇਖੋ ਪਵਨ, ਇਸ ਦਿਹਾੜੇ ਦੇ ਉੱਤੇ ਸਾਨੂੰ ਐਡੀ ਛੋਟੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਅਸੀਂ ਕਦਰ ਕਰਦੇ ਹਾਂ ਅਕਾਲ ਤਖਤ ਸਾਹਿਬ ਦੀ, ਅਸੀਂ ਕਦਰ ਕਰਦੇ ਹਾਂ ਐਸ ਜੀ ਪੀ ਸੀ ਦੀ ਇੰਸਟੀਟਿਊਸ਼ਨ ਦੀ। ਉਹਦੇ ਵਿੱਚ ਇਸ ਕਿਸਮ ਦੀ ਆ ਮਦਾਨੀ ਨਾ ਮਾਰਨ ਲੋਕ ਆਪਣੇ ਰਾਜਨੀਤਿਕ ਮੰਤਵ ਵਾਸਤੇ, ਅਤੇ ਸਰਕਾਰ ਪੂਰੀ ਤਰ੍ਹਾਂ ਪੂਰੇ ਬਣਦੇ ਮਾਣ ਸਤਿਕਾਰ ਦੇ ਨਾਲ ਅਸੀਂ ਆ ਮਨਾਵਾਂਗੇ। ਪਹਿਲਾਂ ਵੀ ਮਨਾਏ ਆ ਅਤੇ ਹੁਣ ਵੀ ਕੈਪਟਨ ਸਾਹਿਬ ਇਜ਼ ਫੁੱਲੀ ਰੀਕਨਸਾਈਲ ਸਨ। ਉਹ ਮੈਂ ਕਹਿ क्या क्या बात से समझा दी उनको, क्या समझाना चाहते हैं आप? नहीं, क्या व्हाट इज द प्रॉब्लम? नहीं, पार्टी का काम नहीं, वो अपने वो एमएलए विधायक हैं, वो अपना काम कर रहे हैं, जो एक विधायक काम करता है वो कर रहे हैं, जहाँ पार्टी को जरूरत होगी। थैंक यू, पार्टी विल टॉक टू हिम।